ਇਹ ਜੀ ਗੁਰਦੁਆਰਾ ਕਰੀਰ ਸਾਹਿਬ ਇੱਥੋਂ ਦਾ ਇਤਿਹਾਸ ਲਿਖਿਆ ਹੋਇਆ ਹੈ। ਗੁਰੂ ਰੂਪ ਸਾਧ ਸੰਗਤ ਜੀ ਇਸ ਪਾਵਨ ਅਸਥਾਨ 'ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1616 ਈਸਵੀ ਨੂੰ ਚਰਨ ਪਾਏ। ਗੁਰੂ ਜੀ ਇੱਥੇ ਅਕੋਈ ਸਾਹਿਬ ਤੋਂ ਆਏ ਸਨ। ਇਸ ਕਰੀਰ ਦੇ ਨਾਲ ਗੁਰੂ ਜੀ ਨੇ ਘੋੜਾ ਬੰਨਿਆ ਸੀ। ਗੁਰਦੁਆਰਾ ਸਾਹਿਬ ਦੀ ਉਸਾਰੀ ਵੇਲੇ ਕਿਸੇ ਅਣਜਾਣ ਵਿਅਕਤੀ ਨੇ ਇਸ ਕਰੀਰ ਨੂੰ ਕੱਟ ਕੇ ਉੱਪਰ ਕਮਰੇ ਬਣਵਾ ਦਿੱਤੇ, ਪਰ ਕੁਦਰਤ ਐਸੀ ਵਰਤੀ ਕਿ ਕਰੀਰ ਦੁਆਰਾ ਹਰਾ ਹੋ ਕੇ ਛੱਤ ਪਾੜ ਕੇ ਜਾ ਪ੍ਰਗਟ ਹੋਇਆ। ਸਮਾਂ ਪਾ ਕੇ ਇਹ ਯਾਦਗਾਰ ਪ੍ਰਗਟ ਹੋਈ। ਗੁਰੂ ਪਾਤਸ਼ਾਹੀ ਛੇਵੀਂ ਪਾਤਸ਼ਾਹੀ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਵਿਰਾਜਨ ਦੀ ਜਗ੍ਹਾ ਪਰ ਖੜਾ ਮੰਜੀ ਸਾਹਿਬ ਤਿਆਰ ਕਰਵਾ ਕੇ ਸੰਗਤਾਂ ਨੂੰ ਇਸ ਅਸਥਾਨ ਅਤੇ ਧਰਮ ਪ੍ਰਤੀ ਸ਼ਰਧਾ ਰੱਖਣ ਦਾ ਉਪਦੇਸ਼ ਦਿੱਤਾ। ਗੁਰੂ ਜੀ ਨੇ ਕਿਹਾ ਕਿ ਇਹ ਪਾਵਨ ਸਰੋਵਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਸ਼ਨਾਨ ਕਰਨ ਦੀ ਯਾਦਗਾਰ ਹੈ। ਸੋ ਇਹ ਸੀ ਇਤਿਹਾਸ ਗੁਰਦੁਆਰਾ ਕਰੀਰ ਸਾਹਿਬ। ਇਹੋ ਪੁਰਾਤਨ ਕਰੀਰ ਹੈ ਜੀ, ਜਿਸ ਨੂੰ ਕਰੀਰ ਸਾਹਿਬ ਕਿਹਾ ਜਾਂਦਾ ਹੈ। ਇੱਥੇ ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੋਨੋਂ ਪਾਤਸ਼ਾਹੀਆਂ ਜੀ ਆਈਆਂ ਸਨ। ਅਤੇ ਇਹ ਜੋ ਕਰੀਰ ਹੈ, ਇੱਥੇ ਮੰਨਿਆ ਜਾਂਦਾ ਹੈ ਕਿ ਸੁੱਖਾਂ ਪੂਰੀਆਂ ਹੁੰਦੀਆਂ ਹਨ। ਲੋਕ ਇੱਥੇ ਤਰਾਗੜੀਆਂ ਬੰਨ੍ਹਦੇ ਹਨ ਅਤੇ ਸੁੱਖਾਂ ਪੂਰੀਆਂ ਹੋਣ 'ਤੇ ਜਿਹੜੇ ਹੈ ਦੁਬਾਰਾ ਫਿਰ ਇੱਥੇ ਬੰਨ੍ਹ ਕੇ ਜਾਂਦੇ ਹਨ, ਤਰਾਗੜੀਆਂ ਲੈ ਕੇ ਜਾਂਦੇ ਹਨ ਨਾਲ। ਸੋ ਹਰ ਇੱਕ ਜੋ ਹੈ ਦਾਤ ਇੱਥੇ ਮਿਲਦੀ ਹੈ। ਗੁਰਦੁਆਰਾ ਕਰੀਰ ਸਾਹਿਬ ਜੋ ਕਿ ਨਾਨਕਿਆਣਾ ਗੁਰਦੁਆਰਾ ਸਾਹਿਬ ਸੰਗਰੂਰ ਦੇ ਵਿੱਚ ਇਹ ਸ਼ੋਭਿਤ ਹੈ। ਇਹ ਕਰੀਰ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਗੁਰਦੁਆਰਾ ਸ਼੍ਰੀ ਨਾਨਕਿਆਣਾ ਸਾਹਿਬ ਸੰਗਰੂਰ।